ਸਤਿ ਸ੍ਰੀ ਅਕਾਲ, ਸਵਾਗਤ ਹੈ ਨਿਊਜ਼ 18 ਪੰਜਾਬ ਨਾਲ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤੁਹਾਡੇ ਨਾਲ ਭੁਲਜੀਤ ਸਿੰਘ ਤੇ ਬੁਲਟਨ ਦੀ ਸ਼ੁਰੂਆਤ ਕਰਦੇ ਹਾਂ। ਅਹਿਮ ਖਬਰ ਦੇ ਨਾਲ 14 ਸਤੰਬਰ ਨੂੰ ਪੰਜਾਬ ਕੈਬਨਿਟ ਦੀ ਅਗਲੀ ਬੈਠਕ ਹੋਣ ਜਾ ਰਹੀ ਹੈ। ਜੀ ਹਾਂ, 14 ਸਤੰਬਰ ਨੂੰ ਹੁਣ ਪੰਜਾਬ ਕੈਬਨਿਟ ਦੀ ਬੈਠਕ ਹੋਵੇਗੀ ਅਤੇ ਚੰਡੀਗੜ੍ਹ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਇਹ ਬੈਠਕ ਹੋਣੀ ਹੈ। ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਅਤੇ ਅਹਿਮ ਖਬਰ ਹੈ, ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਜਿਹੜੀ ਪ੍ਰਧਾਨਗੀ ਕੀਤੀ ਜਾਣੀ ਹੈ ਕੈਬਨਿਟ ਦੀ ਅਗਲੀ ਬੈਠਕ ਦੀ, ਉਹ 14 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਹੀ ਹੋਵੇਗੀ। ਹਾਲਾਂਕਿ ਬੀਤੇ ਦਿਨ ਜਿਹੜੀ ਕੈਬਨਿਟ ਦੀ ਬੈਠਕ ਸੁਲਤਾਨਪੁਰ ਲੋਧੀ ਦੇ ਵਿੱਚ ਹੋਈ ਸੀ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜਿਹੜੀ ਅਗਲੀ ਬੈਠਕ ਵੀ ਹੋਵੇਗੀ ਇਸੇ ਮਹੀਨੇ ਉਹ ਅਖੀਰ ਦੇ ਵਿੱਚ ਸੁਲਤਾਨਪੁਰ ਲੋਧੀ ਵੀ ਹੋਵੇਗੀ। ਪਰ ਇਸ ਸਭ ਦੇ ਵਿਚਾਲੇ 3 ਦਿਨ ਬਾਅਦ ਹੀ ਇੱਕ 14 ਸਤੰਬਰ ਨੂੰ ਅਚਾਨਕ ਪੰਜਾਬ ਕੈਬਨਿਟ ਦੀ ਬੈਠਕ ਸੱਦਲੀ ਗਈ ਆ ਅਤੇ ਜਿਸ ਦੀ ਪ੍ਰਧਾਨਗੀ ਖੁਦ ਕੈਪਟਨ ਅਮਰਿੰਦਰ ਸਿੰਘ ਕਰਨਗੇ ਅਤੇ ਚੰਡੀਗੜ੍ਹ ਦੇ ਵਿੱਚ ਹੀ ਚੰਡੀਗੜ੍ਹ ਦੇ ਵਿੱਚ ਸਥਿਤ ਪੰਜਾਬ ਭਵਨ ਦੇ ਵਿੱਚ ਇਹ ਅਹਿਮ ਬੈਠਕ ਹੋਵੇਗੀ। ਤਾਂ ਇਸ ਬੈਠਕ ਸੰਬੰਧੀ ਅਤੇ ਇਸ ਪੂਰੀ ਖਬਰ ਸੰਬੰਧੀ ਗੱਲਬਾਤ ਕਰਦਿਆਂ ਮੇਰਾ ਮੇਰੇ ਸਹਿਯੋਗੀ ਨਪਿੰਦਰ ਸਿੰਘ ਬਰਾੜ ਜੁੜ ਚੁੱਕੇ ਨੇ ਫੋਨ ਲਾਈਨ 'ਤੇ। ਨਪਿੰਦਰ, ਜੇਕਰ ਗੱਲ ਕੀਤੀ ਜਾਵੇ, ਬੀਤੇ ਦਿਨ ਜਦੋਂ ਸੁਲਤਾਨਪੁਰ ਲੋਧੀ ਦੇ ਵਿੱਚ ਕੈਬਨਿਟ ਦੀ ਬੈਠਕ ਹੋਈ ਸੀ ਅਤੇ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕੀਤਾ ਸੀ ਕਿ ਜਿਹੜੀ ਅਗਲੀ ਕੈਬਨਿਟ ਦੀ ਬੈਠਕ ਆ ਉਹ ਵੀ ਸੁਲਤਾਨਪੁਰ ਲੋਧੀ ਦੇ ਵਿੱਚ ਹੋਵੇਗੀ ਅਤੇ ਅਚਾਨਕ ਉਸ ਤੋਂ ਬਾਅਦ ਇੱਕਦਮ 3 ਦਿਨ ਬਾਅਦ ਹੀ 14 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਜਿਹੜੀ ਕੈਬਨਿਟ ਦੀ ਬੈਠਕ ਦਾ ਐਲਾਨ ਕਰਨਾ, ਤਾਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਨਹੀਂ ਪੁਲਜੀਤ, ਐਸਾ ਨਹੀਂ ਹੈ। ਦਰਅਸਲ ਜਦੋਂ ਕੱਲ੍ਹ ਪੰਜਾਬ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਸੀ ਸੁਲਤਾਨਪੁਰ ਲੋਧੀ, ਤਾਂ ਉੱਥੇ ਉਹਦਾ ਮੁੱਖ ਮਕਸਦ ਇਹ ਸੀ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ, ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਉੱਥੋਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਸੀ ਔਰ ਜਿਹੜੀਆਂ ਚੀਜ਼ਾਂ ਤੁਰੰਤ ਉੱਥੇ ਮੌਕੇ ਤੇ ਫੈਸਲੇ ਲੈਣ ਦੀ ਜ਼ਰੂਰਤ ਸੀ। ਇਸ ਕਰਕੇ ਕੈਬਨਿਟ ਮੀਟਿੰਗ ਹੀ ਉੱਥੇ ਬੁਲਾ ਲਈ ਗਈ ਕਿ ਮੌਕੇ ਤੇ ਸਾਰੇ ਪ੍ਰਬੰਧਾਂ ਨੂੰ ਰਿਵਿਊ ਕਰਕੇ ਉੱਥੇ ਹੀ ਜਿਹੜਾ ਕੋਈ ਨਵਾਂ ਡਿਸੀਜਨ ਲੈਣਾ ਪਵੇਗਾ ਲਿਆ ਜਾ ਸਕਦਾ। ਤਾਂ ਐਸੇ ਇੱਕ ਦੋ ਡਿਸੀਜਨ ਉੱਥੇ ਲਏ ਵੀ ਗਏ ਔਰ ਪੂਰੇ ਜਿਹੜਾ ਰਿਵਿਊ ਵੀ ਕੀਤਾ ਗਿਆ, ਸਾਰੇ ਜਿਹੜੇ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਗਿਆ। ਔਰ ਕੱਲ੍ਹ ਦੋ ਚੀਜ਼ਾਂ ਸਾਫ਼ ਹੋ ਗਈਆਂ ਸੀ। ਇੱਕ ਕੱਲ੍ਹ ਸਾਫ਼ ਜਿਹੜੀ ਇੰਡੀਕੇਸ਼ਨ ਇਹ ਮਿਲ ਗਈ ਸੀ ਸਾਡੇ ਸੋਰਸਿਸ ਦੇ ਮੁਤਾਬਕ ਕਿ ਕੱਲ੍ਹ ਜਾਂ ਪਰਸੋਂ ਇੱਕ ਦੋ ਦਿਨਾਂ ਦੇ ਵਿੱਚ ਹੀ ਇੱਕ ਹੋਰ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ, ਉਹ ਚੰਡੀਗੜ੍ਹ ਦੇ ਵਿੱਚ ਹੋਏਗੀ। ਯਾਨੀ ਇਹ ਕੱਲ੍ਹ ਉੱਥੇ ਹੀ ਤੈਅ ਹੋ ਗਿਆ ਸੀ ਕਿ ਨੈਕਸਟ ਕੈਬਨਿਟ ਮੀਟਿੰਗ ਹੈ ਜਿਹੜੀ ਚੰਡੀਗੜ੍ਹ ਦੇ ਵਿੱਚ ਬੁਲਾਈ ਜਾਏਗੀ ਔਰ ਉਸਦੇ ਵਿੱਚ ਵੀ ਇਸ ਕੈਬਨਿਟ ਮੀਟਿੰਗ ਦੇ ਵਿੱਚ ਵੀ ਜਿਹੜਾ ਏਜੰਡਾ ਹੈਗਾ ਉਹ ਇਹੀ ਰਹੇਗਾ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ, ਕਿਉਂਕਿ 30 ਸਤੰਬਰ ਡੈਡਲਾਈਨ ਰੱਖੀ ਗਈ ਹੈ ਸਾਰੇ ਪ੍ਰਬੰਧਾਂ ਨੂੰ ਪੂਰਾ ਕਰਨ ਦੀ ਔਰ ਕਈ ਤਰ੍ਹਾਂ ਦੇ ਡਿਸੀਜਨ ਲੈਣ ਦੀ ਜ਼ਰੂਰਤ ਹੈ। ਤਾਂ ਜਿਹੜੀ 14 ਦੀ ਕੈਬਨਿਟ ਮੀਟਿੰਗ ਬੁਲਾਈ ਗਈ ਹੈ ਉਸਦਾ ਏਜੰਡਾ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੈ। ਇਸ ਤੋਂ ਇਲਾਵਾ 24 ਸਤੰਬਰ ਇੱਕ ਕੈਬਨਿਟ ਮੀਟਿੰਗ ਹੋਰ ਰੱਖੀ ਗਈ ਹੈ, ਆਲਰੇਡੀ 2 ਕੈਬਨਿਟ ਮੀਟਿੰਗ ਪਲੈਨਡ ਨੇ। 24 ਸਤੰਬਰ ਦੀ ਕੈਬਨਿਟ ਮੀਟਿੰਗ ਹੁਣ ਤੱਕ ਦੇ ਸ਼ਡਿਊਲ ਮੁਤਾਬਕ ਡੇਰਾ ਬਾਬਾ ਨਾਨਕ ਦੇ ਵਿੱਚ ਰੱਖੀ ਗਈ ਹੈ, ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਹੀ ਰੱਖੀ ਗਈ ਸੀ, ਉਸ ਤੋਂ ਬਾਅਦ ਹੁਣ ਚੰਡੀਗੜ੍ਹ ਔਰ ਚੰਡੀਗੜ੍ਹ ਤੋਂ ਬਾਅਦ 24 ਸਤੰਬਰ ਨੂੰ ਡੇਰਾ ਬਾਬਾ ਨਾਨਕ ਦੇ ਵਿੱਚ ਅਗਲੀ ਕੈਬਨਿਟ ਮੀਟਿੰਗ, ਤੀਜੀ ਕੈਬਨਿਟ ਮੀਟਿੰਗ ਹੈ ਜਿਹੜੀ ਉਹ ਵੀ 550ਵੇਂ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਹੋਏਗੀ ਔਰ ਉੱਥੇ ਇੱਕ ਇਹ ਵੀ ਫੈਸਲਾ ਹੋਏਗਾ ਜਾਂ ਜਿਹੜਾ ਇੱਕ ਦਿਨ ਦਾ ਇਜਲਾਸ ਬੁਲਾਇਆ ਜਾਣਾ ਹੈ ਪੰਜਾਬ ਵਿਧਾਨ ਸਭਾ ਦਾ, ਹੋ ਸਕਦਾ ਕਿ ਜਿਹੜਾ 14 ਤਰੀਕ ਨੂੰ ਮੀਟਿੰਗ ਬੁਲਾਈ ਗਈ ਹੈ ਉਸ ਦੇ ਵਿੱਚ ਜਿਹੜਾ ਇੱਕ ਦਿਨ ਦਾ ਸੈਸ਼ਨ ਲਾਇਆ ਜਾਣਾ ਬੁਲਾਇਆ ਜਾਣਾ ਉਸ ਨੂੰ ਲੈ ਕੇ ਵੀ ਡਿਸੀਜਨ ਲਿਆ ਜਾ ਸਕਦਾ। ਇਸ ਕਰਕੇ ਇਹ ਤਿੰਨੇ ਕੈਬਨਿਟ ਮੀਟਿੰਗ ਆਲਰੇਡੀ ਡਿਸਾਈਡਡ ਸੀ ਔਰ ਇਹਨਾਂ ਦਾ ਮੁੱਖ ਏਜੰਡਾ ਇਹੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਔਰ ਇਸੇ ਕਰਕੇ ਜਿਹੜੀ ਹੈ 14 ਤਰੀਕ ਦੀ ਜਿਹੜੀ ਕੈਬਨਿਟ ਮੀਟਿੰਗ ਬੜੀ ਇੰਪੋਰਟੈਂਟ ਹੋ ਜਾਂਦੀ ਔਰ ਪੰਜਾਬ ਭਵਨ ਦੇ ਵਿੱਚ ਇਹ ਮੀਟਿੰਗ ਹੋਏਗੀ ਔਰ ਉੱਥੇ ਸਾਰੀਆਂ ਚਰਚਾਵਾਂ ਹੋਣਗੀਆਂ। ਭੁੱਲ ਜੀ ਜੀ ਨਪਿੰਦਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝਾ ਕਰਨ ਲਈ। ਤਾਂ ਪੰਜਾਬ ਭਵਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੀ ਜਿਹੜੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਆ 14 ਤਰੀਕ ਨੂੰ ਹੋਣ ਜਾ ਰਹੀ, ਜਿਸ ਦਾ ਮੁੱਖ ਜਿਹੜਾ ਮਕਸਦ ਹੈ ਉਹ ਪੂਰੇ ਹੀ ਕਾਰਜਾਂ ਦਾ ਜਾਇਜ਼ਾ ਲੈਣਾ, ਜਿਹੜੇ 550 ਸਾਲਾ ਜਿਹੜੇ ਪ੍ਰਕਾਸ਼ ਪੁਰਬ ਸਮਾਗਮ ਨੇ ਉਹਨਾਂ ਦੇ ਵਿੱਚ ਲੈ ਕੇ ਗਈ ਜਾ। ਉਸ ਤੋਂ ਬਾਅਦ ਇੱਕ ਹੋਰ ਅਗਲੀ ਜਿਹੜੀ ਕੈਬਨਿਟ ਦੀ ਮੀਟਿੰਗ ਆ ਉਹ 24 ਤਰੀਕ ਨੂੰ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਵਾਰ ਫਿਰ ਤੋਂ ਹੋਵੇਗੀ। ਅਤੇ ਗੱਲ ਕਰਦੇ ਅਗਲੀ ਖਬਰ ਦੀ, 6 ਵਿਧਾਇਕਾਂ ਨੂੰ ਸਰਕਾਰ ਦੇ ਵਿੱਚ ਐਡਜਸਟ ਕੀਤੇ ਜਾਣ ਤੋਂ ਬਾਅਦ ਹੁਣ ਸਿਆਸਤ ਪੂਰੇ ਤਰੀਕੇ ਨਾਲ ਭੱਖ ਚੁੱਕੀ ਹੈ ਅਤੇ ਵਿਧਾਨ ਸਭਾ ਸਪੀਕਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਮਿਲਿਆ ਅਤੇ ਅਕਾਲੀ ਦਲ ਨੇ ਮੁਲਾਕਾਤ ਕੀਤੀ ਅਤੇ ਉਹਨਾਂ ਨੇ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਜਾਂ ਫਿਰ ਉਹਨਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਸਪੀਕਰ ਦੇ ਅੱਗੇ ਮੰਗ ਰੱਖ ਦਿੱਤੀ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਪੀਕਰ ਨੇ ਉਹਨਾਂ ਦੀ ਗੱਲ ਨਾ ਸੁਣੀ ਤਾਂ ਉਹ ਇਸ ਤੋਂ ਬਾਅਦ ਰਾਜਪਾਲ ਦੇ ਕੋਲ ਮੁੱਦਾ ਚੁੱਕਣਗੇ ਅਤੇ ਜੇਕਰ ਫਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਉਹ ਅਦਾਲਤ ਦਾ ਰੁੱਖ ਕਰਨਗੇ। ਇਹ 7 ਐਮਐਲਏਆਂ ਨੂੰ ਕਾਂਗਰਸ ਦੀਆਂ ਨੂੰ ਤਾਂ ਇਮੀਡੀਏਟ ਡਿਸਕੁਆਲੀਫਿਕੇਸ਼ਨ ਹੈ, ਕੋਰਟ ਦੇ ਫੈਸਲੇ ਨੇ, ਸੰਵਿਧਾਨ ਤੇ ਕੋਰਟ ਦੇ ਫੈਸਲੇ ਦੇ ਉੱਤੋਂ ਤਾਂ ਕੋਈ ਚੀਜ਼ ਹੀ ਨਹੀਂ ਰਹਿ ਗਈ ਤੇ ਇਹਨਾਂ ਨੂੰ ਸਪੀਕਰ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ। ਦੇਖੋ ਸਾਡੇ ਕੋਲ ਤਾਂ ਸਪੀਕਰ ਇਸ ਪਹਿਲੀ ਅਸੀਂ ਸਪੀਕਰ ਸਾਹਿਬ ਨੂੰ ਅਪਰੋਚ ਕਰਨਾ ਸਾਡੀ ਡਿਊਟੀ ਜੀ। ਸਭ ਤੋਂ ਪਹਿਲਾਂ ਅਸੀਂ ਵਿਧਾਇਕ ਹੋਣ ਦੇ ਨਾਤੇ ਸਪੀਕਰ ਸਾਹਿਬ ਦੇ ਧਿਆਨ ਵਿੱਚ ਲੈਣੀ, ਜੇ ਉਹ ਨਹੀਂ ਕਰਨਗੇ ਤੇ ਅਸੀਂ ਗਵਰਨਰ ਸਾਹਿਬ ਕੋਲ ਜਾਣਾ ਪਿਆ, ਉੱਥੇ ਵੀ ਜਾਵਾਂਗੇ, ਕੋਰਟ 'ਚ ਜਾਣਾ ਪਿਆ, ਕੋਰਟ 'ਚ ਵੀ ਜਾਵਾਂਗੇ। ਸਪੀਕਰ ਸਾਹਿਬ ਨੇ ਸਾਨੂੰ ਭਰੋਸਾ ਤਾਂ ਦਿਵਾਇਆ ਪਰ ਸਾਨੂੰ ਕੋਈ ਬੜਾ ਵਿਸ਼ਵਾਸ ਨਹੀਂ ਵੀ ਜਲਦੀ ਕੋਈ ਕਾਰਵਾਈ ਹੋਏਗੀ।
ਤੇ ਇਸ ਮੁਲਾਕਾਤ ਦੌਰਾਨ ਅਕਾਲੀ ਦਲ ਨੇ ਸਪੀਕਰ ਸਾਹਮਣੇ ਆਪ ਦੇ ਦਲ ਬਦਲੂ ਵਿਧਾਇਕਾਂ ਦਾ ਵੀ ਮੁੱਦਾ ਚੁੱਕਿਆ ਤੇ ਨਾਲ ਹੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਮਿਲੀ ਭੁਗਤ ਦੇ ਇਲਜ਼ਾਮ ਵੀ ਲਗਾਏ ਨੇ। ਆਮ ਆਦਮੀ ਪਾਰਟੀ ਦੇ 8-9 ਮੈਂਬਰ ਜਿਹੜੇ ਨੇ ਉਹ ਪਾਰਟੀ ਤੋਂ ਅਲੱਗ ਹੋ ਚੁੱਕੇ ਨੇ, ਜਿਹਦੇ ਵਿੱਚ 2 ਤਾਂ ਪਾਰਟੀ ਛੱਡ ਕੇ ਕਾਂਗਰਸ ਸ਼ਾਮਿਲ ਹੋ ਚੁੱਕੇ ਨੇ ਤੇ ਫਿਰ ਕੁਛ ਜਿਹੜੇ ਨੇ ਉਹਨਾਂ 'ਚੋਂ ਉਹ ਅੱਡ ਉਹਨਾਂ ਨੇ ਗਰੁੱਪ ਬਣਾ ਲਿਆ, ਇਲੈਕਸ਼ਨ ਵੀ ਲੜ ਚੁੱਕੇ ਨੇ। ਸੁਖਪਾਲ ਖਹਿਰਾ ਅਤੇ ਆਪਣੇ ਬਲਦੇਵ ਸਿੰਘ ਉਹ ਤਾਂ ਇਲੈਕਸ਼ਨ ਹੀ ਲੜੀ ਆ ਉਹਨਾਂ ਨੇ ਮੈਂਬਰ ਪਾਰਲੀਮੈਂਟ ਦੀ, ਅਤੇ ਕਮਾਲੂ ਪਿਰਮਲ ਦਾਖਾ ਇਹ ਸਾਰੇ ਜਿਹੜੇ ਨੇ ਇਹ ਅੱਡ ਜਿਹੜਾ ਇਹਨਾਂ ਨੇ ਇਹ ਗਰੁੱਪ ਬਣਾਇਆ ਉਹਦੇ ਵਿੱਚ ਇਹਨਾਂ ਦੀ ਗਤੀਵਿਧੀਆਂ ਚੱਲ ਰਹੀਆਂ ਨੇ। ਇਹ ਵੀ ਜਿਹੜਾ ਪੀਪਲ ਰੀਪ੍ਰਜੈਂਟੇਸ਼ਨ ਐਕਟ ਦੇ ਅਗੇਂਸਟ ਹੈ ਇਹ ਵੀ ਡਿਸਕੁਆਲੀਫਾਈ ਹੋਣਾ ਚਾਹੀਦਾ। ਉਹਦੇ ਬਾਰੇ ਬੜੇ ਲੰਬੇ ਸਮੇਂ ਤੋਂ ਸਪੀਕਰ ਸਾਹਿਬ ਕੋਲ ਜਿਹੜੀ ਹੈ ਇਹਨਾਂ ਲੋਕਾਂ ਦੇ ਜਿਹੜੀ ਹੈ ਸੁਣਵਾਈ ਹੋ ਰਹੀ ਹੈ, ਕੇਸ ਚੱਲ ਰਿਹਾ, ਪਰ ਉਹਨਾਂ ਨੇ ਅੱਜ ਤੱਕ ਕੋਈ ਉਹਦੇ ਉੱਤੇ ਫੈਸਲਾ ਨਹੀਂ ਲਿਆ। ਤੁਸੀਂ 2 ਉਦਾਹਰਣ ਦੇਖੋ ਪਿੱਛੇ ਜੇ ਹੋਏ ਨੇ ਕਰਨਾਟਕਾ ਅਸੈਂਬਲੀ ਦਾ, ਹਰਿਆਣਾ ਅਸੈਂਬਲੀ ਦੇ ਵਿੱਚ ਜਿਹੜੇ ਵਿਧਾਇਕ ਪਾਰਟੀ ਛੱਡ ਕੇ ਜਿਹੜੇ ਦੂਜੀ ਪਾਰਟੀਆਂ 'ਚ ਗਏ ਸਪੀਕਰਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਡਿਸਕੁਆਲੀਫਾਈ ਕਰਤਾ। ਪਰ ਇੱਥੇ ਉਸ ਤੋਂ ਪਹਿਲਾਂ ਦਾ ਜਿਹੜੇ ਲੋਕ ਛੱਡ ਕੇ ਗਏ ਨੇ ਉਦੋਂ ਪਹਿਲਾਂ ਹੋਈ ਹੈ ਘਟਨਾ, ਪਰ ਫਿਰ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਸੋ ਸਾਡੀ ਮੰਗ ਹੈ ਵੀ ਇਹਨਾਂ ਨੂੰ ਸਾਰਿਆਂ ਨੂੰ ਡਿਸਕੁਆਲੀਫਾਈ ਕੀਤਾ ਜਾਣਾ ਚਾਹੀਦਾ ਅਤੇ ਸਪੀਕਰ ਸਾਹਿਬ ਆਪਦਾ ਜਿਹੜਾ ਫੈਸਲਾ ਹੈ ਉਹ ਜਲਦੀ ਤੋਂ ਜਲਦੀ ਸੁਣਾਉਣ। ਜੇ ਸਪੀਕਰ ਸਾਹਿਬ ਨਹੀਂ ਕੁਛ ਕਰਨਗੇ ਉਹਦੇ ਨਾਲ 2 ਗੱਲਾਂ ਸਪਸ਼ਟ ਹੋਣਗੀਆਂ ਕਿ ਕਾਂਗਰਸ ਪਾਰਟੀ ਸੰਵਿਧਾਨ ਦਾ ਕੀ ਸਤਿਕਾਰ ਕਰਦੀ ਹੈ ਨਹੀਂ ਕਰਦੀ, ਇੱਕ ਤਾਂ ਇਸ ਵਿੱਚ ਸਥਿਤੀ ਸਪਸ਼ਟ ਹੋ ਜਾਏ। ਦੂਜੀ ਗੱਲ ਜਿਹੜਾ ਫਰੈਂਡਲੀ ਮੈਚ ਹੈ, ਫਿਕਸਡ ਮੈਚ ਹੈ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ, ਉਹ ਬਿਲਕੁਲ ਤੁਹਾਡੇ ਸਾਹਮਣੇ ਚਿਹਰਾ ਬੇਨਕਾਬ ਹੋ ਰਿਹਾ। ਅਤੇ ਤੀਜਾ, ਲੋਕਾਂ ਨੂੰ ਵੀ ਸਮਝ ਆ ਰਹੀ ਕਿ ਲੋਕਾਂ ਲਈ ਖਜ਼ਾਨਾ ਖਾਲੀ, ਮਗਰ ਜੇ ਸਰਕਾਰ ਨੂੰ ਬਚਾਉਣਾ ਹੋਵੇ ਤਾਂ ਖਜ਼ਾਨਾ ਵੀ ਭਰਿਆ। ਅਤੇ ਉੱਧਰ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਲੈ ਕੇ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਮੋ ਸਾਹਮਣੇ ਆ ਚੁੱਕੇ ਨੇ ਅਤੇ ਹਰਸਿਮਰਤ ਨੇ ਇੱਕ ਤੋਂ ਬਾਅਦ ਇੱਕ ਧੜਾਧੜ ਟਵੀਟ ਕਰਕੇ ਕੈਪਟਨ ਉੱਤੇ ਹਮਲੇ ਬੋਲੇ ਨੇ। ਵਿਧਾਨ ਸਭਾ ਸਪੀਕਰ ਰਾਣਾ ਕੇਪੀ ਨੂੰ ਅਕਾਲੀ ਦਲ ਦਾ ਵਫਦ ਮਿਲਿਆ, ਅਕਾਲੀ ਦਲ ਵੱਲੋਂ ਲਗਾਤਾਰ ਮੁੱਦਾ ਜੋ 6 MLA ਨੂੰ ਸਲਾਹਕਾਰ ਲਗਾਇਆ ਉਠਾਇਆ ਜਾ ਰਿਹਾ, ਸਾਡੇ ਨਾਲ ਖੁਦ ਸਪੀਕਰ ਨੇ, ਸਪੀਕਰ ਸਾਹਿਬ ਕੀ ਮੰਗ ਰੱਖੀ ਗਈ ਅਕਾਲੀ ਦਲ ਵੱਲੋਂ ਤੁਹਾਡੇ ਕੋਲ? ਉਹ 2 ਮੰਗਾਂ ਲੈ ਕੇ ਆਏ ਨੇ, ਇੱਕ ਤਾਂ ਉਹਨਾਂ ਨੇ ਇਸ਼ੂ ਲਿਆ ਇਹਦਾ ਕਿ ਜਿਹੜੇ MLA ਸਾਹਿਬਾਨ ਨੇ ਜਿਹਨਾਂ ਨੇ ਅਸਤੀਫਾ ਦਿੱਤਾ ਕਿ ਇਹਦੇ 'ਤੇ ਗੌਰ ਕੀਤਾ ਜਾਏ। ਸੋ ਅਸੀਂ ਉਹਦੇ 'ਤੇ ਗੌਰ ਕਰ ਰਹੇ ਹਾਂ, ਉਹਦੇ 'ਤੇ ਜਿਹੜਾ ਪ੍ਰੋਸੀਡਿੰਗਸ ਹੈ ਉਹ ਚੱਲ ਰਹੀਆਂ। ਕੋਈ ਚੱਲ ਰਹੀ ਕੋਈ ਜਾਂਚ ਹੋਵੇਗੀ ਜਾਂ ਫਿਰ ਤੂੰ ਚੈੱਕ ਕਰੂੰਗੀ ਕਿ ਆਫਿਸ ਆਫ ਪ੍ਰੋਫਿਟ ਹੈ ਜਾਂ ਨਹੀਂ ਹੈ? ਨਹੀਂ ਹੁੰਦੀ, ਉਹਨਾਂ MLAs ਨੂੰ ਸੁਣਨਾ ਹੁੰਦਾ ਹੈ ਜਿਹਨਾਂ ਨੇ ਅਸਤੀਫਾ ਦਿੱਤਾ। ਸੋ ਉਹਨਾਂ ਨੂੰ ਨੋਟਿਸ ਕੱਢਿਆ, ਕੁਛ ਹਾਜ਼ਰ ਹੋ ਗਏ ਕੁਛ ਅਜੇ ਹਾਜ਼ਰ ਨਹੀਂ ਹੋਏ, ਤੋ ਆਉਣਗੇ ਆਪਣਾ ਪੱਖ ਦੱਸਣਗੇ, ਉਸ ਤੋਂ ਬਾਅਦ ਅਸੀਂ ਫੈਸਲਾ ਲਵਾਂਗੇ। ਸਰ 6 MLA ਸਲਾਹਕਾਰ ਜਿਹੜੇ ਲਗਾਏ ਗਏ ਨੇ, ਸਰ ਤੁਸੀਂ ਉਸਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਜੋ ਫੈਸਲਾ ਅਕਾਲੀ ਦਲ ਵੱਲੋਂ ਵੀ ਲਗਾਤਾਰ ਵਿਵਾਦ ਉੱਠ ਰਿਹਾ, ਆਮ ਆਦਮੀ ਪਾਰਟੀ ਮੰਗ ਕਰੇ ਕਿ ਸਪੀਕਰ ਨੂੰ ਡਿਸਕੁਆਲੀਫਾਈ ਕਰ ਦੇਣਾ, ਸਾਰੇ 6 MLA ਨੂੰ ਜਿਹੜੇ ਸਲਾਹਕਾਰ ਲਗਾ ਦਿੱਤੇ ਗਏ ਨੇ, ਕਿਉਂਕਿ ਆਫਿਸ ਆਫ ਪ੍ਰੋਫਿਟ ਦਾ ਮਾਮਲਾ ਅਕਾਲੀ ਦਲ ਵੱਲ ਕਹਿੰਦੇ 2271 ਹਟਾਤੀ ਸੀ ਹਾਈਕੋਰਟ ਨੇ? ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਇਹ ਅਕਾਲੀ ਦਲ ਤਾਂ ਕਹਿ ਕੇ ਗਿਆ ਹੈ, ਉਹਨਾਂ ਨੇ ਮੈਮੋਰੈਂਡਮ ਵੀ ਦਿੱਤਾ ਹੈ, ਬਾਕੀ ਇਹਦੇ 'ਤੇ ਵਿਚਾਰ ਕਰਾਂਗੇ ਇਹਦੇ 'ਤੇ ਵੀ ਕਿ ਸਪੀਕਰ ਦਾ ਦਖਲ ਇਹਦੇ 'ਚ ਬਣਦਾ ਨਹੀਂ ਬਣਦਾ। ਪਹਿਲਾਂ ਤਾਂ ਅਸੀਂ ਇਸ ਗੱਲ ਨੂੰ ਐਗਜ਼ਾਮਿਨ ਕਰਾਂਗੇ ਕਿ ਆਇਆ ਕਿ ਸਪੀਕਰ ਇਹਨੂੰ ਦੇਖ ਸਕਦਾ ਨਹੀਂ ਦੇਖ ਸਕਦਾ, ਉਹ ਦੇਖ ਕੇ ਫਿਰ ਮੈਂ ਤੁਹਾਨੂੰ ਸਪੀਕਰ ਆਫਿਸ ਆਫ ਪ੍ਰੋਫਿਟ ਦਾ ਇਹ ਮਾਮਲਾ ਹੋਵੇ ਤਾਂ ਡਿਸਕੁਆਲੀਫਾਈ ਕਰ ਸਕਦਾ ਜਿਸ ਤਰ੍ਹਾਂ ਮੰਗ ਵਿਰੋਧੀ ਤਰ੍ਹਾਂ ਕਰ ਰਹੇ ਨੇ? ਮੈਂ ਇਹਦੇ 'ਤੇ ਕੋਈ ਕਮੈਂਟ ਨਹੀਂ ਕਰ ਸਕਦਾ। ਸਰ ਸਿਮਰਜੀਤ ਸਿੰਘ ਬੈਂਸ ਵੀ ਕੱਲ੍ਹ ਤੁਹਾਨੂੰ ਮਿਲੇ ਸਨ, ਸਰ ਉਹਨਾਂ ਵੱਲੋਂ ਕੀ ਤੁਹਾਡੇ ਕੋਲ ਮੰਗ ਰੱਖੀ ਗਈ? ਉਹਨਾਂ ਦਾ ਡਿਪਟੀ ਕਮਿਸ਼ਨਰ ਜਿਹੜੇ ਗੁਰਦਾਸਪੁਰ ਹੈ ਉਹਨਾਂ ਤੋਂ ਖਿਲਾਫ ਉਹਨਾਂ ਨੇ ਆਪਣਾ ਮੈਮੋਰੈਂਡਮ ਦਿੱਤਾ ਹੈ, ਸੋ ਉਹਦੇ 'ਤੇ ਵੀ ਵਿਚਾਰ ਕਰਾਂਗੇ। ਸਰ ਕੀ ਪ੍ਰਿਵਲੇਜ ਕਮੇਟੀ 'ਚ ਮਾਮਲਾ ਗਿਆ ਸਿਮਰਜੀਤ ਸਿੰਘ ਬੈਂਸ ਦਾ, ਕਿਉਂ ਕਹਿ ਰਹੇ ਸੀ ਮੇਰਾ ਨਿਰਾਦਰ ਕੀਤਾ ਗਿਆ DC ਵੱਲੋਂ? ਮੈਂ ਤੁਹਾਨੂੰ ਕਹਿ ਰਿਹਾ ਜੀ ਕੱਲ੍ਹ ਤਾਂ ਉਹਨਾਂ ਨੇ ਸ਼ਾਮ ਨੂੰ ਦਿੱਤਾ ਉਹ, ਤੋ ਅਜੇ ਤਾਂ ਉਹ ਫਾਈਲ ਵੀ ਡੀਲ ਨਹੀਂ ਹੋਈ, ਫਾਈਲ ਡੀਲ ਹੋਏਗੀ। ਤਾਂ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਲੈ ਕੇ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਮੋ ਸਾਹਮਣੇ ਹੋ ਚੁੱਕੇ ਨੇ ਅਤੇ ਹਰਸਿਮਰਤ ਬਾਦਲ ਨੇ ਇੱਕ ਤੋਂ ਬਾਅਦ ਇੱਕ ਲਗਾਤਾਰ ਟਵੀਟ ਕਰਕੇ ਕੈਪਟਨ ਉੱਤੇ ਹਮਲੇ ਬੋਲੇ ਨੇ। ਇਹ ਦੇਖ ਕੇ ਹਾਸਾ ਆਉਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਿਸ ਤਰ੍ਹਾਂ ਇੱਕ ਸੱਚੇ ਸਿੱਖ ਦੀ ਆੜ ਵਿੱਚ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕਿਹੜਾ ਸੱਚਾ ਸਿੱਖ ਗੁਟਕਾ ਸਾਹਿਬ ਦੀ ਝੂਠੀ ਸੌਂ ਖਾਂਦਾ ਹੈ? ਮੁੱਖ ਮੰਤਰੀ ਆਪਣੇ ਆਪ ਨੂੰ ਸੱਚਾ ਸਿੱਖ ਕਹਿੰਦੇ ਨੇ, ਪਰ ਨਨਕਾਣਾ ਸਾਹਿਬ ਤੋਂ ਆਏ ਨਗਰ ਕੀਰਤਨ ਦਾ ਪੰਜਾਬ ਵਿੱਚ ਸਵਾਗਤ ਕਰਨ ਲਈ ਉਹਨਾਂ ਕੋਲ ਸਮਾਂ ਹੀ ਨਹੀਂ ਹੈ। ਇਹ ਹਾਸੋਹੀਣ ਹੈ।
ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਸੁਲਤਾਨਪੁਰ ਲੋਧੀ ਦਾ ਪਹਿਲੀ ਵਾਰ ਦੌਰਾ ਕੀਤਾ। ਉਹ ਵੀ ਅਕਾਲੀ ਦਲ ਦੇ ਵਾਲੰਟੀਅਰਾਂ ਵੱਲੋਂ ਵਾਈਟ ਸਿਟੀ ਲਈ ਕੀਤੇ ਜਾ ਰਹੇ ਪੇਂਟ ਦੀਆਂ ਖਬਰਾਂ ਮਿਲਣ ਤੋਂ ਬਾਅਦ। ਪ੍ਰਕਾਸ਼ ਪੁਰਬ ਵਿੱਚ ਸਿਰਫ 60 ਦਿਨ ਬਾਕੀ ਨੇ, ਪਰ ਸੱਚੇ ਸਿੱਖ ਦੀ ਸਰਕਾਰ ਵੱਲੋਂ ਅਜੇ ਤੱਕ ਕੁਝ ਨਹੀਂ ਕੀਤਾ ਗਿਆ। ਕੀ ਇਹ ਸ਼ਰਮਨਾਕ ਨਹੀਂ ਹੈ? ਕੈਪਟਨ ਅਮਰਿੰਦਰ ਸਿੰਘ, ਇਹ ਤੁਸੀਂ ਤੇ ਤੁਹਾਡੀ ਬੀ ਟੀਮ ਹੀ ਸੀ ਜਿਸ ਨੇ ਸਾਨੂੰ ਬਰਗਾੜੀ ਬੇਅਦਬੀ ਦੀ ਜਾਂਚ ਤੋਂ ਰੋਕਿਆ ਅਤੇ ਦੋਸ਼ੀਆਂ ਨੂੰ ਫੜਨ ਨਹੀਂ ਦਿੱਤਾ, ਬਲਕਿ ਕੇਸ ਸੀਬੀਆਈ ਨੂੰ ਸੌਂਪਣ ਲਈ ਵੀ ਤੁਸੀਂ ਮਜਬੂਰ ਕੀਤਾ। ਪਿਛਲੇ 2 ਸਾਲਾਂ ਵਿੱਚ ਤੁਸੀਂ ਕੁਝ ਨਹੀਂ ਕੀਤਾ, ਬਸ ਸਿਆਸਤ ਹੀ ਖੇਡੀ ਹੈ ਅਤੇ ਵਾਰ ਵਾਰ ਯੂ ਟਰਨ ਲਏ ਨੇ। ਜਾਓ ਤੇ ਆਪਣੇ ਖੁਦ ਦੇ ਬਿਆਨ ਚੈੱਕ ਕਰੋ। ਕੈਪਟਨ ਅਮਰਿੰਦਰ ਸਿੰਘ, ਹੁਣ ਤੁਸੀਂ ਸੁਪਰੀਮ ਕੋਰਟ ਦੀ ਨਿਗਰਾਨੀ ਵਾਲੀ ਜਾਂਚ ਤੋਂ ਕਿਉਂ ਭੱਜ ਰਹੇ ਹੋ, ਜਿਸ ਦੀ ਤੁਸੀਂ ਖੁਦ 2015 ਵਿੱਚ ਮੰਗ ਕੀਤੀ ਸੀ? ਇਹ ਸਾਫ਼ ਹੈ ਕਿ ਤੁਹਾਡਾ ਮਕਸਦ ਬਰਗਾੜੀ ਮਸਲੇ ਦਾ ਹੱਲ ਕਰਨਾ ਨਹੀਂ ਹੈ, ਸਿਰਫ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜੇ ਮੁੱਦਿਆਂ ਤੇ ਸਿਆਸਤ ਕਰਨਾ ਹੈ। ਸ਼ਰਮਨਾਕ। ਤੇ ਫਿਲਹਾਲ ਬੁਲਟਨ ਦੇ ਵਿੱਚ ਵੇਲਾ ਹੋ ਚੱਲਿਆ ਕਿ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ, ਪਰ ਬ੍ਰੇਕ ਤੋਂ ਬਾਅਦ ਖਬਰਾਂ ਸਿਲਸਿਲਾ ਲਗਾਤਾਰ ਜਾਰੀ ਹੈ, ਤੁਸੀਂ ਬਣੇ ਰਹੋ ਸਾਡੇ ਨਾਲ। ਅਖਾੜੇ ਮੇ ਆ ਗਿਆ ਹੈ ਪਹਾੜ ਸਿੰਘ ਪਹਿਲਵਾਨ।